ਇਹ ਚ ਗੈਸ ਤੋਂ ਅੱਗ ਲੱਗ ਗਈ ਕਿੱਦਾਂ? ਤੇ ਗੈਸ ਲੀਕ ਸੀ ਕਿਤੇ, ਤੇ ਮੈਨੂੰ ਨਹੀਂ ਪਤਾ, ਤੇ ਅਸੀਂ ਗੁੱਡੀਆਂ ਆਈਆਂ ਸਕੂਲੋਂ, ਤੇ ਅਸੀਂ ਚਾਹ ਬਣਾਈਏ ਪੀਏ, 6:30 ਦਾ ਟਾਈਮ ਸੀ ਵੈਸੇ, ਤੇ ਇਹ ਗੁੱਡੀ ਨੂੰ ਥੱਲੇ ਬਹਿ ਗਈ, ਤੇ ਮੈਂ ਲਾਗੇ ਖਲੋ ਗਿਆ, ਗੈਸ ਦੇ ਨੀਵੇਂ ਲੱਕ ਹੋ ਕੇ ਅੱਗ ਲਾਈ, ਤੇ ਇੱਕਦਮ ਭੁਆਕਾ ਜਿਹਾ ਨਿਕਲਿਆ, ਤੇ ਸਾਰਾ ਖਲਾਰਾ ਪੈ ਗਿਆ। ਤੇ ਕੌਣ ਕੌਣ ਸੀ ਘਰ 'ਚ ਮੌਜੂਦ? ਮੌਜੂਦ ਮੈਂ ਤੇ ਇੱਕ ਬੇਟਾ ਸੀ ਮੇਰਾ, ਗੁੱਡੀਆਂ ਤੇ ਦੋ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਤਾਂ ਕਾਫੀ ਹੋ ਗਿਆ, ਕੰਧਾਂ ਵੀ ਜਿਹੜੀਆਂ ਡਿੱਗੀਆਂ ਉਹ ਵੀ। ਹਾਂਜੀ ਹਾਂਜੀ, ਉਸੇ ਨੇ ਡਿੱਗੀਆਂ। ਕਿੰਨੀ ਕੁ ਅੱਗ ਲੱਗੀ? ਅੱਗ ਕਾਫੀ ਬਹੁਤ ਜ਼ਿਆਦਾ ਲੱਗੀ। ਤੇ ਕੀ ਮੰਗ ਕਰਦੇ ਜੀ ਹੁਣ? ਕੱਚਾ ਘਰ ਸੀ ਮੇਰਾ, ਡਿੱਗ ਪਿਆ, ਦਿਹਾੜੀ ਧੱਪੇ ਵਾਲਾ ਬੰਦਾ ਮੈਂ ਧੋਣ ਗਾਹ ਘਰ ਨਹੀਂ ਪਾਇਆ ਜਾਣਾ। ਮੈਂ ਸਮਾਜ ਸੇਵੀ ਵੀਰਾਂ ਤੋਂ ਮੰਗ ਕਰਦਾ ਵੀ ਮੇਰਾ ਘਰ ਬਣਾਇਆ ਜਾਵੇ। ਗਰੀਬ ਪਰਿਵਾਰ ਆ, ਬੱਚਿਆਂ ਦਾ ਪਾਲਣ ਪੋਸ਼ਣ ਦਿਹਾੜੀ ਧੱਪਾ ਕਰਕੇ ਗੁਰਵੀਰ ਸਿੰਘ ਕੰਮ ਕਰਦਾ ਸੀ ਆਪਣਾ। ਦੋ ਗੁੜੀਆਂ ਗਰੀਬ ਦੀਆਂ, ਇੱਕ ਲੜਕਾ ਜਿਹੜਾ ਛੋਟਾ ਇਹਨਾਂ ਨਾਲੋਂ, ਅਤੇ ਇਕੱਲੇ ਰਘਵੀਰ ਸਿੰਘ ਦੇ ਸਿਰ 'ਤੇ ਕਰਦਾ ਕਾਰੋਬਾਰ ਆ। ਅਤੇ ਅਚਾਨਕ ਸਿਲੰਡਰ ਦਾ ਨੁਕਸਾਨ ਹੋਣ ਕਰਕੇ ਘਰ ਦਾ ਸਾਰਾ ਨੁਕਸਾਨ ਹੋ ਗਿਆ। ਇਹ ਮਾਤੜ ਬੰਦਾ ਗਰੀਬ ਆ, ਕੁਛ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਜਾਂ ਇਹਨਾਂ ਦਾ ਇਲਾਜ ਕਰਾਊ ਜਾਂ ਆਪਣਾ ਘਰ ਬਣਾਊਗਾ। ਅਤੇ ਤੁਸੀਂ ਕੀ ਲੱਗਦੇ ਜੀ ਇਹਨਾਂ ਦੇ? ਮੈਂ ਇਹਨਾਂ ਦਾ ਚਾਚਾ। ਲਾਗੋਂ ਗਵਾਂਢੀ ਜੀ? ਹਾਂਜੀ ਹਾਂਜੀ। ਅਤੇ ਕੀ ਮੰਗ ਕਰਦੇ ਜੀ ਹੋਣਗੇ? ਮੰਗ ਇਹੋ ਹੀ ਆ ਸੰਸਥਾ ਵੱਲੋਂ ਕਿ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਘਰ ਪਰਿਵਾਰ 'ਤੇ। ਇਹ 'ਚ ਗੈਸ ਤੋਂ ਅੱਗ ਲੱਗ ਗਈ। ਕਿੱਦਾਂ? ਅਤੇ ਗੈਸ ਲੀਕ ਸੀ ਕਿਤੇ, ਅਤੇ ਮੈਨੂੰ ਨਹੀਂ ਪਤਾ, ਤੇ ਅਸੀਂ ਗੁੱਡੀਆਂ ਆਈਆਂ ਸਕੂਲੋਂ, ਤੇ ਅਸੀਂ ਚਾਹ ਬਣਾਈਏ ਪੀਏ, 6:30 ਦਾ ਟਾਈਮ ਸੀ ਵੈਸੇ, ਅਤੇ ਇਹ ਗੁੱਡੀ ਨੂੰ ਥੱਲੇ ਬਹਿ ਗਈ, ਤੇ ਮੈਂ ਲਾਗੇ ਖਲੋ ਗਿਆ, ਗੈਸ ਦੇ ਨੀਵੇਂ ਲੱਕ ਹੋ ਕੇ ਅੱਗ ਲਾਈ, ਤੇ ਇੱਕਦਮ ਭੁਆਕਾ ਜਿਹਾ ਨਿਕਲਿਆ, ਤੇ ਸਾਰਾ ਖਲਾਰਾ ਪੈ ਗਿਆ। ਅਤੇ ਕੌਣ ਕੌਣ ਸੀ ਘਰ 'ਚ ਮੌਜੂਦ? ਮੌਜੂਦ ਮੈਂ ਤੇ ਇੱਕ ਬੇਟਾ ਸੀ ਮੇਰਾ, ਗੁੱਡੀਆਂ ਤੇ ਦੋ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਤਾਂ ਕਾਫੀ ਹੋ ਗਿਆ, ਕੰਧਾਂ ਵੀ ਜਿਹੜੀਆਂ ਡਿੱਗੀਆਂ ਉਹ ਵੀ। ਹਾਂਜੀ ਹਾਂਜੀ, ਉਸੇ ਨੇ ਡਿੱਗੀਆਂ। ਕਿੰਨੀ ਕੁ ਅੱਗ ਲੱਗੀ? ਅੱਗ ਕਾਫੀ ਬਹੁਤ ਜ਼ਿਆਦਾ ਲੱਗੀ। ਤੇ ਕੀ ਮੰਗ ਕਰਦੇ ਜੀ ਹੁਣ? ਕੱਚਾ ਘਰ ਸੀ ਮੇਰਾ, ਡਿੱਗ ਪਿਆ, ਦਿਹਾੜੀ ਧੱਪੇ ਵਾਲਾ ਬੰਦਾ ਮੈਂ ਧੋਣ ਗਾਹ ਘਰ ਨਹੀਂ ਪਾਇਆ ਜਾਣਾ। ਮੈਂ ਸਮਾਜ ਸੇਵੀ ਵੀਰਾਂ ਤੋਂ ਮੰਗ ਕਰਦਾ ਵੀ ਮੇਰਾ ਘਰ ਬਣਾਇਆ ਜਾਵੇ। ਗਰੀਬ ਪਰਿਵਾਰ ਆ, ਬੱਚਿਆਂ ਦਾ ਪਾਲਣ ਪੋਸ਼ਣ ਦਿਹਾੜੀ ਧੱਪਾ ਕਰਕੇ ਗੁਰਵੀਰ ਸਿੰਘ ਕੰਮ ਕਰਦਾ ਸੀ ਆਪਣਾ। ਦੋ ਗੁੜੀਆਂ ਗਰੀਬ ਦੀਆਂ, ਇੱਕ ਲੜਕਾ ਜਿਹੜਾ ਛੋਟਾ ਇਹਨਾਂ ਨਾਲੋਂ, ਅਤੇ ਇਕੱਲੇ ਰਘਵੀਰ ਸਿੰਘ ਦੇ ਸਿਰ 'ਤੇ ਕਰਦਾ ਕਾਰੋਬਾਰ ਆ। ਅਤੇ ਅਚਾਨਕ ਸਿਲੰਡਰ ਦਾ ਨੁਕਸਾਨ ਹੋਣ ਕਰਕੇ ਘਰ ਦਾ ਸਾਰਾ ਨੁਕਸਾਨ ਹੋ ਗਿਆ। ਇਹ ਮਾਤੜ ਬੰਦਾ ਗਰੀਬ ਆ, ਕੁਛ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਜਾਂ ਇਹਨਾਂ ਦਾ ਇਲਾਜ ਕਰਾਊ ਜਾਂ ਆਪਣਾ ਘਰ ਬਣਾਊਗਾ। ਅਤੇ ਤੁਸੀਂ ਕੀ ਲੱਗਦੇ ਜੀ ਇਹਨਾਂ ਦੇ? ਮੈਂ ਇਹਨਾਂ ਦਾ ਚਾਚਾ। ਲਾਗੋਂ ਗਵਾਂਢੀ ਜੀ? ਹਾਂਜੀ ਹਾਂਜੀ। ਅਤੇ ਕੀ ਮੰਗ ਕਰਦੇ ਜੀ ਹੋਣਗੇ? ਮੰਗ ਇਹੋ ਹੀ ਆ ਸੰਸਥਾ ਵੱਲੋਂ ਕਿ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਘਰ ਪਰਿਵਾਰ 'ਤੇ।